ਆਪਾਂ ਨੇ 190 ਪੇਟੀਆਂ ਫੜੀਆਂ ਬਲੂ ਸਟ੍ਰੋਕ IMFL ਬ੍ਰਾਂਡ ਹੈਗੀ ਇਹ ਜਿਹੜਾ ਡਾਲਾ ਦੇਖਣ ਨੂੰ ਲੱਗਦਾ ਤਾਂ ਖਾਲੀ ਸੀਗਾ ਜਦੋਂ ਗੱਡੀ ਰੋਕੀ ਪਰ ਉਹਦੇ ਵਿੱਚ ਇੱਕ ਖੂਫੀਆ ਬਾਕਸ ਬਣਾ ਰੱਖਿਆ ਸੀ 98-759-61-126 ਇਹ ਸਾਡਾ ਕੰਪਲੇਂਟ ਸੈੱਲ ਦਾ ਨੰਬਰ ਹੈ ਕੋਈ ਵੀ ਬੰਦਾ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਇਸ ਨੰਬਰ 'ਤੇ ਉਹ ਸਾਨੂੰ ਫੋਨ ਕਰੇ ਨਹੀਂ ਉਹ ਚੰਡੀਗੜ੍ਹ ਤੋਂ ਲੈ ਕੇ ਆ ਰਿਹਾ ਸੀ ਇੰਨਾ ਹੀ ਕਨਫਰਮ ਹੋਇਆ ਅੱਗੇ ਕਿੱਥੇ ਜਾਣੀ ਉਹ ਸਾਰਾ ਅਸੀਂ ਹੁਣ ਇਨਵੈਸਟੀਗੇਟ ਕਰਾਂ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਨਸ਼ਾ ਤਸਕਰ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਲਈ ਵੱਖ ਵੱਖ ਤਰੀਕੇ ਅਪਣਾਉਂਦੇ ਰਹਿੰਦੇ ਨੇ ਪਰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਨੇ ਇਸੇ ਤਹਿਤ ਐਕਸਾਈਜ਼ ਵਿਭਾਗ ਪਟਿਆਲਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਵੱਲੋਂ 190 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਇਸ ਮਾਮਲੇ ਬਾਰੇ ਐਕਸਾਈਜ਼ ਵਿਭਾਗ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਸ਼ਰਾਬ ਦੀ ਤਸਕਰੀ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਟਰੱਕ ਨੂੰ ਰੋਕਿਆ ਗਿਆ ਜਿਸ ਵਿੱਚ ਚੰਡੀਗੜ੍ਹ ਵਿੱਚ ਵੇਚਣ ਲਈ ਗੁਪਤ ਤਰੀਕੇ ਨਾਲ ਰੱਖੀਆਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ ਉਹਨਾਂ ਦੱਸਿਆ ਕਿ ਹੁਣ ਉਹਨਾਂ ਵੱਲੋਂ ਟਰੱਕ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਪਿਊਸ਼ ਸਿੰਘਲ ਹੈ ਜੀ ਮੈਂ ਐਕਸਾਈਜ਼ ਆਫਿਸਰ ਪਟਿਆਲਾ 2 ਡਿਸਟ੍ਰਿਕਟ ਨੂੰ ਮੇਰੀ ਪੋਸਟਿੰਗ ਹੈਗੀ ਹੈ ਸਰ ਕਿੰਨੀਆਂ ਪੇਟੀਆਂ ਫੜੀਆਂ ਨੇ ਤੇ ਕਿਹੜੀ ਜਗ੍ਹਾ ਤੋਂ ਫੜੀਆਂ ਨੇ ਕਿਹੜੇ ਮਾਰਕਾ ਕਿਹੜੀਆਂ ਨੇ ਆਪਾਂ ਨੇ 190 ਪੇਟੀਆਂ ਫੜੀਆਂ ਬਲੂ ਸਟ੍ਰੋਕ IMFL ਬ੍ਰਾਂਡ ਹੈਗੀ ਇਹ ਫੋਰ ਸੇਲ ਇਨ ਚੰਡੀਗੜ੍ਹ UT ਓਨਲੀ ਅਤੇ ਇਹ ਆਪਾਂ ਸਮਾਣਾ ਪਟਿਆਲਾ ਰੋਡ 'ਤੇ ਨੇੜੇ ਪਿੰਡ ਪਸਿਆਣੇ ਫੜੀਆਂ ਸਰ ਕਿਸ ਤਰ੍ਹਾਂ ਪਤਾ ਲੱਗਿਆ ਕਿਵੇਂ ਸੋਚਣਾ ਸੀ ਅਤੇ ਰੱਖੀ ਕਿਵੇਂ ਪਈਆਂ ਸੀ ਪੇਟੀ ਤੁਹਾਨੂੰ ਜਿਸ ਤਰ੍ਹਾਂ ਲੱਗ ਰਿਹਾ ਵੀ ਟਰੱਕ ਤਾਂ ਐਡਾ ਤੇਜ਼ੀ ਜਿਹਾ ਖਾਲੀ ਲੱਗ ਰਿਹਾ ਸੀ ਇਹ ਤਾਂ ਅਸੀਂ ਕਾਫੀ ਦਿਨ ਤੋਂ ਮਿਹਨਤ ਕਰ ਰਹੇ ਹਾਂ ਇਸ ਚੀਜ਼ ਦੇ ਉੱਤੇ ਅਤੇ ਆਲਮੋਸਟ ਸਾਡੀ ਟੀਮ ਦੇ ਬੜੇ ਹੋਨਹਾਰ ਬੰਦੇ ਹੈਗੇ ਹੈ EI ਜਸਵਿੰਦਰ ਸਿੰਘ ਅਤੇ ਦਲਜੀਤ ਸਿੰਘ ਜੀ ਅਤੇ ਕਈ ਰਾਤਾਂ ਜਾਗਣੀਆਂ ਪਈਆਂ ਸਾਨੂੰ ਇਨਫੋਰਮੇਸ਼ਨ ਵਾਸਤੇ ਅਤੇ ਅੱਜ ਅਸੀਂ ਇਹ ਗੱਡੀ ਕੈਪਚਰ ਕੀਤੀ ਹੈ ਅਤੇ ਬੜੇ ਹੀ ਸੀਕ੍ਰੇਟ ਢੰਗ ਨਾਲ ਇਹ ਪੇਟੀਆਂ ਸਮਗਲ ਕਰ ਰਹੇ ਸੀ ਜਿਹੜਾ ਡਾਲਾ ਦੇਖਣ ਨੂੰ ਲੱਗਦਾ ਤਾਂ ਖਾਲੀ ਸੀਗਾ ਜਦੋਂ ਗੱਡੀ ਰੋਕੀ ਪਰ ਉਹਦੇ ਵਿੱਚ ਇੱਕ ਖੂਫੀਆ ਬਾਕਸ ਬਣਾ ਰੱਖਿਆ ਸੀ ਜਦੋਂ ਖੂਫੀਆ ਬਾਕਸ ਚੈੱਕ ਕੀਤਾ ਤਾਂ ਉਹਦੇ ਵਿੱਚੋਂ 190 ਪੇਟੀਆਂ ਨਿਕਲੀਆਂ ਸਰ ਜਿਸ ਤਰ੍ਹਾਂ ਪੇਟੀਆਂ ਰੱਖੀਆਂ ਹੋਈਆਂ ਸੀ ਅੱਗੇ ਜਿਹੜਾ ਆਪਾਂ ਕੁੰਡੀ ਲਾਈ ਹੋਈ ਸੀ ਕਿ ਪਹਿਲੇ ਅੱਗੇ ਕਿੱਥੇ ਜਾਣੀਆਂ ਸੀ ਕਿ ਇੱਕ ਸੰਪਰਕ ਸੀ ਜਾਂ ਠੇਕੇਦਾਰ ਦੇ ਨਾਲ ਕੋਈ ਛਾਣਬੀਣ ਕੀਤੀ ਆ ਕੋਈ ਇਸ ਬਾਰੇ ਕੋਈ ਇਸ ਬਾਬਤ ਅਸੀਂ ਜਿਹੜਾ ਡਰਾਈਵਰ ਮੁਲਜ਼ਮ ਹੈ ਉਹਨੂੰ ਅਰੈਸਟ ਕਰ ਲਿਆ ਰੁਕਾ ਦੇਤਾ ਥਾਣੇ 'ਚ ਅਤੇ FIR ਇਨ ਪ੍ਰੋਸੈਸ ਹੈ ਅਤੇ ਇਹਦੇ ਸਾਰੇ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜਸ ਕਿੱਥੇ ਸ਼ਰਾਬ ਜਾਣੀ ਹੈ ਕੀ ਹੋਣਾ ਉਹ ਅਸੀਂ ਸਾਰਾ ਹੁਣ ਸਰਚ ਕਰਾਂਗੇ ਸਾਡੀ ਇੱਕ ਤੁਹਾਨੂੰ ਵੀ ਬੇਨਤੀ ਹੈ ਪ੍ਰੈਸ ਦੇ ਰਾਹੀਂ ਮੀਡੀਆ ਭਰਾਵਾਂ ਦੇ ਰਾਹੀਂ ਸਾਡਾ ਇੱਕ ਕੰਪਲੇਂਟ ਸੈੱਲ ਹੈਗਾ ਐਕਸਾਈਜ਼ ਡਿਪਾਰਟਮੈਂਟ ਦਾ ਜਿਹਦਾ ਮੋਬਾਈਲ ਨੰਬਰ ਹੈਗਾ ਕਾਇੰਡਲੀ ਨੋਟ ਕਰਵਾਈਓ 9875961126 98-759-61-126 ਇਹ ਸਾਡਾ ਕੰਪਲੇਂਟ ਸੈੱਲ ਦਾ ਨੰਬਰ ਹੈ ਕੋਈ ਵੀ ਬੰਦਾ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਸ਼ਰਾਬ ਦੇ ਬਾਰੇ ਕੋਈ ਨਕਲੀ ਸ਼ਰਾਬ ਗੈਰ ਕਾਨੂੰਨੀ ਸ਼ਰਾਬ ਕਿਤੇ ਧੰਦਾ ਹੋ ਰਿਹਾ ਸਮਗਲਿੰਗ ਹੋ ਰਿਹਾ ਇਸ ਨੰਬਰ 'ਤੇ ਉਹ ਸਾਨੂੰ ਫੋਨ ਕਰੇ ਉਸਦਾ ਨਾਮ ਉਸਦੀ ਪਹਿਚਾਣ ਗੁਪਤ ਰੱਖੀ ਜਾਊਗੀ ਅਤੇ ਡਿਪਾਰਟਮੈਂਟ ਤੁਰੰਤ ਐਕਸ਼ਨ ਲਊਗਾ ਇਹ 24 ਘੰਟੇ ਰਾਊਂਡ ਦਾ ਕਲੋਕ ਨੰਬਰ ਸਾਡਾ ਔਨ ਰਹਿੰਦਾ ਕੋਈ ਨਾ ਕੋਈ ਆਫਿਸਰ ਉੱਥੇ ਅਪੁਆਇੰਟਡ ਹੈ ਇਸ ਨੂੰ ਆਨਸਰ ਕਰਨ ਵਾਸਤੇ ਸਾਡੇ ਐਕਸਾਈਜ਼ ਐਕਟ ਹੈਗਾ ਪੰਜਾਬ ਦਾ ਉਹਦੀ ਜਿਹੜੀ ਧਾਰਾ ਲੱਗੂਗੀ ਇਹਦੇ ਉੱਤੇ ਅਤੇ ਸਾਰਾ ਅਸੀਂ ਹੁਣ ਪ੍ਰੋਸੈਸ ਆਹੀ ਚੱਲੂਗਾ ਨਹੀਂ ਅਸੀਂ ਉਹਦਾ ਮੋਬਾਈਲ ਜ਼ਬਤ ਕਰ ਲਿਆ ਪੁੱਛਗਿੱਛ ਜਾਰੀ ਹੈ ਜੋ ਵੀ ਇਹਦਾ ਰਿਜ਼ਲਟ ਹੋਊਗਾ ਪਤਾ ਲੱਗ ਜੂਗਾ ਇੱਕ ਬੰਦਾ ਡਰਾਈਵਰ ਹੀ ਫੜਿਆ ਹਾਲੇ ਡਰਾਈਵਰ ਅਰੈਸਟ ਕਰ ਲਿਆ ਡਰਾਈਵਰ ਹੀ ਸੀਗਾ ਗੱਡੀ ਜਿਹੜਾ ਲੈ ਕੇ ਆ ਰਿਹਾ ਨਹੀਂ ਉਹ ਚੰਡੀਗੜ੍ਹ ਤੋਂ ਲੈ ਕੇ ਆ ਰਿਹਾ ਸੀ ਇੰਨਾ ਹੀ ਕਨਫਰਮ ਹੋਇਆ ਅੱਗੇ ਕਿੱਥੇ ਜਾਣੀ ਉਹ ਸਾਰਾ ਅਸੀਂ ਹੁਣ ਇਨਵੈਸਟੀਗੇਟ ਕਰਾਂ ਦੱਸਦੀ ਕਿ ਐਕਸਾਈਜ਼ ਵਿਭਾਗ ਅਧਿਕਾਰੀ ਵੱਲੋਂ ਸੂਬੇ ਵਿੱਚ ਫੈਲੇ ਨਸ਼ਾ ਖਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਅਤੇ ਸੂਚਨਾ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੁਣ ਇਸ ਗ੍ਰਿਫਤਾਰ ਡਰਾਈਵਰ ਤੋਂ ਹੋਣ ਵਾਲੀ ਪੁੱਛਗਿੱਛ ਵਿੱਚ ਕੀ ਕੁਝ ਖੁਲਾਸੇ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਟਿਆਲਾ ਤੋਂ ਅਮਰਜੀਤ ਸਿੰਘ ਪੰਜਾਬੀ ਲੋਕ ਚੈਨਲ